ਗੁਰੂਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਪਤੰਗ ਫੜਨ ਸਮੇ ਸਰਬਜੀਤ ਸਿੰਘ ਨਾਮ ਦੇ 14 ਸਾਲ ਦੇ ਬੱਚੇ ਦੀ ਟਰਾਂਸਫਾਰਮ ਦੀ ਚਪੇਟ ਚਾਹਣ ਕਾਰਨ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸਰਬਜੀਤ ਸਿੰਘ ਆਪਣੇ ਪਿਤਾ ਦੀ ਦੁਕਾਨ ਤੋਂ ਵਾਪਸ ਆਉਂਦੇ ਹੋਏ ਕਿਸੇ ਦੀ ਪਤੰਗ ਕੱਟੀ ਗਈ ਸੀ ਤੇ ਉਹ ਪਤੰਗ ਫੜਨ ਦੇ ਚੱਕਰ ਦੇ ਵਿੱਚ ਹਾਈ ਵੋਲਟੇਜ ਟਰਾਂਸਫਾਰਮ ਦੀ ਚਪੇਟ ਚਾਹਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇਸ ਘਟਨਾ ਦਾ ਪਤਾ ਚੱਲਦੇ ਉਸਦੇ ਪਿਤਾ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ ਸਰਵਜੀਤ ਸਿੰਘ ਦੇ ਪਿਤਾ ਦੀਆਂ ਆਪਣੇ ਪੁੱਤਰ ਨੂੰ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਦੇਖ ਕੇ ਅੱਖਾਂ ਡੁੱਬੀਆਂ ਹੀ ਰਹਿ ਗਈਆਂ ਤੇ ਸਰਵਜੀਤ ਸਿੰਘ ਦੇ ਪਿਤਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਕਿਹਾ ਕਿ ਬਿਜਲੀ ਵਿਭਾਗ ਦੀ ਲਾਪਰਵਾਹੀ ਦੇ ਚੱਲਦੇ ਉਸ ਦੇ ਬੱਚੇ ਦੀ ਮੌਤ ਹੋਈ ਹੈ ਜਿਸ ਕਾਰਨ ਉਹਨਾਂ ਦੇ ਵੱਲੋਂ ਬਿਜਲੀ ਵਿਭਾਗ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਤੇ ਅਕਸਰ ਦੇਖਿਆ ਗਿਆ ਹੈ ਕਿ ਪਤੰਗਾਂ ਦੇ ਚੱਕਰਾਂ ਦੇ ਵਿੱਚ ਕਈ ਬੱਚਿਆਂ ਦੀ ਜਾਨ ਚਲੀ ਜਾਂਦੀ ਹੈ ਤੇ ਕਈ ਵਾਰ ਤਾਂ ਸੜਕ ਤੇ ਜਾਂਦੇ ਵਾਹਨ ਤੇ ਬੰਦਿਆਂ ਦੇ ਗਲਾਂ ਦੇ ਵਿੱਚ ਡੋਰ ਫਸ ਜਾਂਦੀ ਹੈ ਤੇ ਉਹਨਾਂ ਦੇ ਗਲੇ ਵੀ ਵੱਢੇ ਜਾਂਦੇ ਨੇ ਤੇ ਕਈ ਬੱਚੇ ਕੋਠਿਆਂ ਤੋਂ ਵੀ गिर ਜਾਂਦੇ ਨੇ ਪਰ ਹੁਣ ਅਮਰੇਸਰ ਦੇ ਵਿੱਚ ਜੋ ਮਾਮਲਾ ਸਾਹਮਣੇ ਆਇਆ ਇੱਕ ਬੱਚਾ ਸੀ ਜੋ ਪਤੰਗ ਲੁੱਟਣ ਦੇ ਚੱਕਰ ਦੇ ਵਿੱਚ ਭੱਜਾ ਗਿਆ ਤਾਂ ਟਰਾਂਸਫਾਰਮਰ ਦੀਆਂ ਤਾਰਾਂ ਦੀ ਚਪੇਟ ਦੇ ਵਿੱਚ ਆ ਗਿਆ ਮੌਕੇ ਤੇ ਹੀ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ ਤੇ ਉਸਦੇ ਪਿਤਾ ਨੇ ਇਲਜ਼ਾਮ ਲਗਾਏ ਨੇ ਬਿਜਲੀ ਵਿਭਾਗ ਤੇ ਬਿਜਲੀ ਵਿਭਾਗ ਦੀ ਲਾਹ ਪਰਵਾਈ ਦੇ ਕਾਰਨ ਉਹਦੇ ਪਿਤਾ ਕਹਿੰਦੇ ਨੇ ਕਿ ਮੇਰੇ ਬੱਚੇ ਦੀ ਮੌਤ ਹੋਈ ਹੈ